गुरुद्वारा गुरुद्वारा सिंह सभा बिलसंडा पीलीभीत उत्तर प्रदेश 26202। हाँ जी सो आप इक्की तरीक सारिया ने आना जी गुरु घर बरसी है जी अपने तो दिन पैदा जी। सत श्री अकाल मेरे सारे वीर मैं ठीक है जी तुम दसो किमें हो सारे। सो अपने गुरु घर चल रहे थे जी लड़ीवार के पाठ तो अपने गुरु घर बरसी है जी 21 तरीक न। सो आप अज जा रहे थे जी शाहजहानपुर तो लियाने जी आप इश्तहार तो वह होर भी गुरु घर में लगाने जी बरसी के तो बाकी अपने नाल ने वीर चरणजीत सिंह नाल ने प्रिंस सिखो। सो आप चलते हैं जी नाल इश्तहार लैके आने ਹੋਰ ਵੀ ਗੁਰੂ ਘਰਾਂ ਵਿੱਚ ਲਗਾਵਾਂਗੇ ਜੀ ਸੰਗਤ ਆਈ ਜੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਵੀ ਜ਼ਰੂਰ ਆਏ ਜੀ ਸਾਰੇ ਬਲਸੰਡਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਬਲਸੰਡਾ ਪੀਲੀਭੀਤ ਉੱਤਰ ਪ੍ਰਦੇਸ਼ 26202। ਹਾਂਜੀ ਸੋ ਆਪਾਂ ਤੁਰੰਤ ਘੁਮਾ ਕੇ ਪਹੁੰਚਣਾ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਟੁੱਟ ਵਰਤੇਗਾ ਤੇ ਤੁਸੀਂ ਛਕੋਗੇ ਵੀ ਜ਼ਰੂਰ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਬਸ ਜੇ ਤੁਸੀਂ ਕਹਿ ਕੇ ਵੇਖ ਲਓ ਜੇ ਮੰਨ ਜਾਣਦੇ। ਬਾਕੀ ਸਾਰੀਆਂ ਸੰਗਤਾਂ ਨੇ ਜ਼ਰੂਰ ਆਉਣਾ ਜੀ 21 ਤਰੀਕ ਨੂੰ ਆਪਣੇ ਵਰਸੀ ਆ ਜੀ ਗੁਰੂ ਘਰ ਬਾਬਾ ਸੁਖਦੇਵ ਸਿੰਘ ਜੀ ਦੀ 40ਵੀਂ ਵਰਸੀ ਆ ਜੀ। ਹਾਂਜੀ 17-18 ਤਰੀਕ ਨੂੰ ਤੁਸੀਂ ਗੁਰਦੁਆਰਾ ਸੁਨਾਸਰ ਘਾਟ ਵੀ ਜ਼ਰੂਰ ਪਹੁੰਚਣਾ ਜੀ ਸਾਰੀਆਂ ਸੰਗਤਾਂ ਨੇ ਹੋਮੋ ਮਾ ਕੇ ਅਤੇ ਉੱਥੇ ਕਬੱਡੀ ਦੇ ਮੈਚ ਵੀ ਲੱਗਣਗੇ ਅਤੇ ਉੱਥੇ ਸਾਡਾ ਵੀਰ ਮਨਦੀਪ ਸਿੰਘ ਰਿਆੜ ਵੀ ਖੇਡੂਗਾ ਉਹ ਪਾਊਗਾ ਰੇਟਾਂ 'ਤੇ ਆਪਾਂ ਜ਼ਰੂਰ ਵੇਖਾਂਗੇ। ਪਹਿਲਾਂ ਆਪਾਂ ਗੁਰਦੁਆਰੇ ਜਾ ਕੇ ਮੱਥਾ ਟੇਕਾਂਗੇ ਫਿਰ ਆਪਾਂ ਕਬੱਡੀਆਂ ਵੇਖਣੀਆਂ ਨੇ ਅਤੇ ਕਿਸੇ ਨੇ ਵੀ ਉੱਥੇ ਗਲਤ ਕੰਮ ਨਹੀਂ ਕਰਨਾ ਸਮਝਦੇ ਗਏ ਹੋਣਗੇ ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਹਾਂਜੀ ਹਾਂਜੀ ਵੀਰੇ ਅਤੇ ਬਾਕੀ ਆਪਾਂ ਵੀਡੀਓ ਕੰਟੀਨਿਊ ਰੱਖਦੇ ਹਾਂ ਜੀ ਅਤੇ ਚੱਲਦੇ ਹਾਂ। ਨਿਗੋਹੀ ਆਪਾਂ ਪਾ ਲਈਏ ਤੇਲ ਕਿਉਂਕਿ ਡੀਜ਼ਲ ਥੋੜ੍ਹਾ ਘੱਟ ਸੀਗਾ ਅਤੇ ਡੀਜ਼ਲ ਪੈ ਰਿਹਾ ਨਿਗੋਹੀ ਤੋਂ ਡੀਜ਼ਲ ਪਵਾ ਕੇ ਅਤੇ ਆਪਾਂ ਚੱਲਦੇ ਹਾਂ ਅਤੇ ਬਾਕੀ ਯਾਰ ਧੁੱਪ ਬਹੁਤ ਜ਼ਿਆਦਾ ਹੋ ਗਈ ਹੁਣ ਵੀ ਟਾਈਮ ਨਾਲ ਨਿਕਲਣਾ ਸੀਗਾ ਬਟ ਆਪਣੇ ਯਾਰ ਬੇਲੀ ਨੇ ਅੱਜ ਬਾਹਰ ਜਾਣਾ ਸੀਗਾ ਸੋ ਉਹਨਾਂ ਨੂੰ ਮਿਲ ਕੇ ਅਤੇ ਹੁਣ ਆਪਾਂ ਚੱਲੇ ਹਾਂ ਜੀ ਅਤੇ ਬਾਕੀ ਤੇਲ ਹੋ ਗਿਆ ਆਪਣਾ ਓਕੇ ਹਜ਼ਾਰ ਦਾ ਤੇਲ ਪਵਾਇਆ ਆਪਾਂ ਅਤੇ 2000 ਦੇ ਆਰਾਮ ਨਾਲ ਵਾਪਸੀ ਆ ਜਾਣਾ ਆਪਾਂ ਮੁੜ ਕੇ ਅਤੇ ਬਾਕੀ ਦੇਖ ਲੈ ਨੋਟ ਓ ਮਾਈ ਗੋਡ ਇਹ ਨੇ ਜੀ ਇੰਡੀਅਨ ਡਾਲਰ ਓਕੇ ਵੀ ਰਿਪੋਰਟ ਆ ਲਓ ਜੀ ਸਲਿਪ ਨਿਕਾਲ ਦੇਣਾ ਬਾਈ ਜੀ ਸਲਿਪ ਪਾ ਗਈ ਆਪਣੀ ਨਿਕਲ ਕੇ ਫਿਰ ਪਾ ਲਿਆ ਅਤੇ ਚੱਲ ਜੀ ਥੈਂਕ ਯੂ ਬਾਈ। ਪੰਜਾਬ ਇੰਟਰਪ੍ਰਾਈਜ਼ਸ ਅਤੇ ਉਦੋਂ ਆਪਾਂ ਇਸ਼ਤਿਹਾਰ ਲੈ ਕੇ ਜਾਵਾਂਗੇ ਜਿਹੜੇ ਗੁਰੂ ਘਰਾਂ 'ਚ ਲਗਾਉਣੇ ਜੀ ਆਪਣੇ ਲਗਾ ਰਹੇ ਨੇ ਕੀ ਹੋ ਗਿਆ ਛੱਡ
ਬਾਕੀ ਗੱਡੀ 'ਚ ਪਏ ਨੇ ਅਤੇ ਥੋੜ੍ਹੇ ਅੰਦਰ ਫੜਾ ਦੇਣੇ ਆ ਜੀ ਬਾਬਾ ਜੀ ਨੂੰ ਅਤੇ ਉਹ ਲਗਾਉਣਗੇ ਜੀ ਹੋਰ ਗੁਰੂ ਘਰ 'ਚ ਅਤੇ ਬਾਕੀ ਆਪਾਂ ਅੰਦਰ ਚੱਲ ਕੇ ਆਪਾਂ ਮੱਥਾ ਟੇਕਦੇ ਹਾਂ ਗੁਰੂ ਘਰ ਦਾ ਹੋਰ ਪੋਸਟਰ ਲਗਾਤਾ ਹੈ ਇਹ ਤੁਲਸੀ ਪਿੰਡ ਦਾ ਹੈ ਤੁਲਸੀ ਗੁਰਦੁਆਰਾ ਸਾਹਿਬ ਆਮਣੀ ਹਾਂ ਹਟ ਆਈ ਉੱਪਰ ਕਰ ਦੇ ਉੱਪਰ ਉਹ ਉੱਤੇ ਰੱਖਣਾ ਇਹ ਨਹੀਂ ਤੇ ਰੱਖਣਾ ਹੈ ਚੱਕ ਕੇ ਟਾਣੀ ਤਿੰਨ ਕਰ ਦੇ ਲੈ ਪੱਟੀ ਉੱਪਰ ਫਟਕਾ ਦੇ ਨਾ ਉਹ बस आ चक दे दूरों दिखे ता ही संगत ने आना फिर ता ही संगत आऊ ये दिखूगा दूरों सोके एयरपोर्ट पूरी तो बाकी आप होर लावेंगे जी गुरु घर चल के जी आप शाहजनपुर इश्तहार लै ले सी जी तो होर भी गुरु घर लगा दते ने ते बाकी हले होर गुरु घरों लगावे जी फिर संगत होर भी आएगी 21 तरीक न सारिया ने पहुँचना जी बठिंडे गुरु घर तो बाकी आप चलते हैं जी तो होर भी दिखावे होर गुरुद्वारे भी लगावे जाके पैने जी पिछे तो कुछ तो मेखा ना ठोकने वाले ने मेखा ना ठोक देने वधिया करके तो कुछ उमे लगाने वाले ने बाकी आप लगाने बाकी होर ਤੇ ਮਿਲਦੇ ਹਾਂ ਥੋੜ੍ਹੇ ਟਾਈਮ 'ਚ। ਹਾਂਜੀ ਸ਼ਾਮ ਦੇ ਬਚ ਚੁੱਕੇ ਆ ਜੀ 5 ਅਤੇ ਸਾਰੇ ਇਸ਼ਤਿਹਾਰ ਲਗਾ ਤੇ ਜੀ ਆਪਾਂ ਅਤੇ ਜਿੰਨੇ ਵੀ ਰਹਿੰਦੇ ਨੇ ਥੋੜ੍ਹੇ ਆਪਾਂ ਉਹ ਵੀ ਸਾਰੇ ਲਗਾ ਦੇਣੇ ਨੇ ਕਿਉਂਕਿ ਵੱਧ ਤੋਂ ਵੱਧ ਸੰਗਤ ਆ ਵੀ ਜੀ ਬਾਕੀ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ 21 ਤਰੀਕ ਨੂੰ ਸਾਰਿਆਂ ਨੇ ਆਉਣਾ ਜੀ ਗੁਰੂ ਘਰ ਬਰਸੀ ਆ ਜੀ ਆਪਣੇ ਅਤੇ ਦਿਨ ਪੈਂਦਾ ਜੀ ਵੀਰਵਾਰ ਅਤੇ ਸਾਰਿਆਂ ਨੇ ਆਉਣਾ ਜੀ ਬਰਸੀ 'ਤੇ ਵੱਧ ਤੋਂ ਵੱਧ ਸੰਗਤ ਨੇ ਅਤੇ ਉਨੇ ਹੀ ਆਪਾਂ ਨੂੰ ਵਧੀਆ ਲੱਗੇਗਾ ਜੀ ਅਤੇ ਬਾਕੀ ਆਪਾਂ ਇਸੇ ਨਾਲ ਵੀਡੀਓ ਦਾ ਐਂਡ ਕਰਦੇ ਹਾਂ ਜੀ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਟੇਕ ਕੇਅਰ।